ਹਾਂ ਬਲਵਿੰਦਰ ਸਿੰਘ ਜੀ ਚੌਣਪੁਰ ਦੇ ਨਿਵਾਸੀ ਹਾਂ ਤੇ ਇੱਕ ਗੱਲਬਾਤ ਇਸ ਤਰ੍ਹਾਂ ਹੈ ਜੀ ਕੱਲ ਅਸੀਂ ਪਰਸੋਂ ਦੇ ਲੱਗੇ ਹੋਏ ਹਾਂ ਜੀ ਤੇ ਇੱਕ ਪਿੰਡ ਚੌਣਪੁਰਾ ਤੇ ਪਾਤੜਾਂ ਦੇ ਸਰਪੰਚ ਸਾਹਿਬ ਤੇ ਸਾਡੇ ਪਿੰਡ ਦੇ ਨਗਰ ਨਿਵਾਸੀ ਜਿੰਨੇ ਬੰਦੇ ਨੇ ਸਾਰਿਆਂ ਨੇ ਆਪਣੇ ਘਰੋਂ ਘਰ ਘਰ 100-100 ਰੁਪਇਆ ਇਕੱਠਾ ਕਰਕੇ ਇਹ ਰਸਤੇ ਦੀ ਚਲਾਣਾ ਕੀਤਾ ਸੀ ਇਹ ਮਹਿਕਮੇ ਵਾਲੇ ਦਾ ਪੁਲ ਬਣ ਡਿਆ ਇੱਥੇ ਮਹਿਕਮੇ ਵਾਲੇ ਪਹਿਲਾਂ ਕਦੇ ਉਹਦਾ ਠੇਕੇਦਾਰ ਭੱਜ ਜਾਂਦਾ ਕਦੇ ਉਹ ਸਰੀਆ ਸੁੱਟ ਕੇ ਵਗ ਜਾਂਦੇ ਨੇ ਕਦੇ ਕਿਤੇ ਲੰਘ ਜਾਂਦੇ ਨੇ ਕਦੇ ਕਿਤੇ ਲੰਘ ਜਾਂਦੇ ਨੇ ਕਦੇ ਲਾਕਡਾਊਨ ਲੱਗ ਗਿਆ ਇਹਨਾਂ ਦਾ ਕਿਤੇ 6 ਮਹੀਨੇ ਵਾਲਾ ਪਤਾ ਨਹੀਂ ਸਾਲ ਦਾ ਟੈਂਡਰ ਸੀ ਸਾਲ ਤਾਂ ਇਹਨਾਂ ਨੂੰ ਪੂਰਾ ਹੋ ਹੀ ਚੱਲਿਆ ਸਾਡੇ ਪਿੰਡ ਨੂੰ ਬਹੁਤ ਪਰੇਸ਼ਾਨੀ ਆ ਰਹੀ ਸੀ ਜਿਸ ਕਰਕੇ ਅਸੀਂ ਇੱਕ ਮੋਟਰਸਾਈਕਲ ਦਾ ਅਤੇ ਪੈਦਲ ਰਸਤਾ ਬਣਾਇਆ ਸੀ ਰਸਤਾ ਬਣਾਉਣ ਦੇ ਕਾਰਨ ਅੱਜ ਕਿਤੇ ਮਗਰ ਪਾਣੀ ਆ ਗਿਆ ਬਾਰਿਸ਼ ਕਾਰਨ ਅਤੇ ਜਿਨ੍ਹਾਂ ਦੀ ਫਸਲ ਪਿੱਛੇ ਡੁੱਬਦੀ ਪਈ ਏ ਇਹ ਅੱਜ ਪੱਟਣ ਡਏ ਨੇ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਵੀ ਪੜੋਲੀਆਂ ਗੱਡੀਆਂ ਰਹਿਣ ਦਿਓ ਸਾਈਡ ਤੋਂ ਆਪਣਾ ਰਸਤਾ ਕਰ ਲਓ ਪਾਣੀ ਦਾ ਪਾਣੀ ਅਸੀਂ ਬਿਲਕੁਲ ਨਹੀਂ ਵੀ ਤੁਹਾਡਾ ਫਸਲ ਦਾ ਨੁਕਸਾਨ ਨਹੀਂ ਹੋਣ ਦਿੰਦੇ ਬਿਲਕੁਲ ਵੀ ਅਸੀਂ ਤੁਹਾਡੇ ਨਾਲ ਜਿਵੇਂ ਤੁਸੀਂ ਕਹੋਗੇ ਉਵੇਂ ਸਹਿਮਤ ਹਾਂ ਔਰ ਸਾਡੀ ਮਹਿਕਮੇ ਅੱਗੇ ਬੇਨਤੀ ਆ ਬਿਲਕੁਲ ਵੀ ਆ ਜਿਹੜੇ ਅਫਸਰਾਂ ਦੀਆਂ ਨਲਾਇਕੀਆਂ ਕਾਰਨ ਇਹ ਜਿਹੜੀਆਂ 2-2 ਧਿਰਾਂ ਦੀਆਂ ਲੜਾਈਆਂ ਹੋ ਰਹੀਆਂ ਨੇ ਇਹਨਾਂ ਨੂੰ ਬਿਲਕੁਲ ਸਮਝਾਇਆ ਜਾਵੇ ਔਰ ਸਾਨੂੰ ਰਸਤਾ ਬਿਲਕੁਲ ਸਹੀ ਕਰਕੇ ਦਿੱਤਾ ਜਾਵੇ ਅਸੀਂ ਬਿਲਕੁਲ ਇਹਨਾਂ ਦਾ ਧੰਨਵਾਦ ਹੋਵਾਂਗੇ ਅਸੀਂ ਜਿਹੜੇ ਅਫਸਰ ਨੇ ਉਹਨਾਂ ਨੂੰ ਬੇਨਤੀ ਕਰਨੇ ਆ ਵੀ ਇਹ ਤੁਹਾਡੀਆਂ ਨਲਾਇਕੀਆਂ ਨੇ ਜਿੱਥੇ ਵੀ ਪੁਲ ਬਣਦਾ ਰਸਤਾ ਚਾਲੂ ਕਰਕੇ ਦੇਣਾ ਪੈਂਦਾ ਪਹਿਲਾਂ ਔਰ ਇਹ ਕਹਿੰਦੇ ਨੇ ਵੀ ਪਰਲਾ ਪੁਲ ਚਾਲੂ ਏ ਅਸੀਂ ਉਹਨਾਂ ਨੂੰ ਕਹਿੰਦੇ ਜਿਹੜੇ ਮਹਿਕਮੇ ਵਾਲੇ ਅਫਸਰ ਨੇ ਵੀ ਸਾਡੇ ਨਾਲ ਚੱਲੋ ਇੱਕ ਵਾਰੀ ਸੜਕ ਤੇ ਅਤੇ ਪੁਲ ਤੇ ਕੋਈ ਬੰਦਾ ਸਹੀ ਸਲਾਮਤ ਮੀਂਹ ਕਣੀ ਦੇ ਵਿੱਚ ਜੇ ਲੰਘ ਜੇ ਅਸੀਂ ਉਹਨਾਂ ਦੇ ਦੇਣਦਾਰ ਹੋਵਾਂਗੇ ਇਹ ਕਹਿੰਦੇ ਨੇ ਸਾਡਾ ਸਟੈਂਡ ਇਹ ਆ ਜੇ ਅਫਸਰ ਇਹ ਕੰਮ ਨਹੀਂ ਕਰਦੇ ਅਸੀਂ ਉਹਨਾਂ ਦੇ ਵਿਰੁੱਧ ਕਾਰਵਾਈ ਕਰਾਵਾਂਗੇ ਜ਼ਰੂਰ ਜਾ ਕੇ ਜਿੱਥੇ ਸਾਨੂੰ ਜਾਣਾ ਪਏਗਾ ਅਸੀਂ ਕਰਾਵਾਂਗੇ ਨੂੰ ਰਸਤਾ ਖੋਲਣ ਨੂੰ ਲੈ ਕੇ ਤੁਹਾਡਾ ਕੀ ਹੈਗਾ ਤੁਹਾਡਾ ਵੀ ਤੁਸੀਂ ਖੋਲਣ ਦਿਓ ਅਸੀਂ ਰਸਤਾ ਇਹਨਾਂ ਨੂੰ ਕਹਿਤਾ ਜੀ ਵੀ ਤੁਹਾਡੀ ਫਸਲ ਮਲਦੀ ਏ ਮਰਦੀਏ ਤੁਸੀਂ ਸਾਡੇ ਵੀਰ ਭਰਾ ਹੋ ਅਸੀਂ ਤੁਹਾਡਾ ਨੁਕਸਾਨ ਨਹੀਂ ਹੋਣ ਦੇ ਬਿਲਕੁਲ ਵੀ ਪਰ ਸਾਡੀ ਬੇਨਤੀ ਨੂੰ ਮੰਨਦੇ ਹੋਏ ਸਾਡਾ ਵੀ ਕੋਈ ਸੋਚਿਆ ਜਾਵੇ ਅਸੀਂ 12-13 ਹਜ਼ਾਰ ਰੁਪਇਆ ਕੱਲ ਇੱਥੇ 2 ਦਿਨ ਹੋ ਗਏ ਸਾਨੂੰ ਲੱਗਿਆ ਨੂੰ ਅਸੀਂ ਲਾਇਆ ਅਸੀਂ ਬੇਨਤੀ ਕਰਨੇ ਆ ਵੀ ਸਾਨੂੰ ਇਹ ਪੱਟਣ ਤੋਂ ਬਾਅਦ ਮਹਿਕਮੇ ਅੱਗੇ ਹੱਥ ਜੋੜ ਕੇ ਬੇਨਤੀ ਸਾਡੀ ਵੀ ਸਾਨੂੰ ਰਸਤਾ ਚਾਲੂ ਕਰਵਾ ਕੇ ਦਿੱਤਾ ਜਾਵੇ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਾਂਗੇ ਔਰ ਇਹਨਾਂ ਨੂੰ ਇਹ ਨਲਾਇਕੀਆਂ ਦੇ ਕਾਰਨ ਅਫਸਰਾਂ ਦੀਆਂ ਨਲਾਇਕੀਆਂ ਕਾਰਨ ਇੱਥੇ ਲੜਾਈ ਹੁੰਦੀ ਹੈ 2 ਧਿਰਾਂ ਦੇ ਵਿੱਚ ਇਹਨਾਂ ਨੂੰ ਆਪ ਸਮਝਣਾ ਚਾਹੀਦਾ ਕੁਰਸੀ ਦੇ ਬਹਿ ਕੇ ਇਨਸਾਫ ਕਰਨਾ ਚਾਹੀਦਾ ਇਹਨਾਂ ਨੂੰ ਮੈਂ ਭੋਲਾ ਸਿੰਘ ਟ੍ਰੇਨ ਭਾਗ 'ਚ ਬੇਲਦਾਰ ਹਾਂ ਜੀ ਮੈਨੂੰ ਸਵੇਰੇ ਇੱਧਰ ਕਿਸਾਨਾਂ ਦਾ ਫੋਨ ਗਿਆ ਪਾਤੜਾਂ ਤੇ ਦਗਾਲ ਦਿਆਂ ਦਾ ਮੈਨੂੰ ਕਹਿੰਦੇ ਜੀ ਗੈਲੋਂ ਪਾਣੀ ਆ ਗਿਆ ਪਾਣੀ ਆ ਗਿਆ ਤੇ ਗੈਲੋਂ ਵੀ ਭੜੋਲੀਆਂ ਸਿੱਟ ਕੇ ਰਸਤਾ ਬੰਦ ਕਰਤਾ ਜੌਨਪੁਰੇ ਦੇ ਪਬਲਿਕ ਨੇ ਵੀ ਉਹਨਾਂ ਨੇ ਬੰਨ ਮਾਰਤਾ ਰੰਗ ਬੰਨ ਲਾਤਾ ਜੀ ਵਿੱਚ ਵੀ ਭੜੋਲੀਆਂ ਸਿੱਟਤੀਆਂ ਪਾਣੀ ਸਾਡਾ ਨਿਕਾਸ ਹੁੰਦਾ ਨਹੀਂ ਪਹਿਲਾਂ ਸਾਡੀ ਫਸਲ ਮਰ ਗਈ 2000 ਰੁਪਇਆ ਮਰਲੇ ਦੀ ਪੌਦ ਖਰੀਦ ਕੇ ਲਾ ਰਹੇ ਨੇ ਜੀ ਇਸੇ ਪਿੰਡ ਤੋਂ ਪੌਦ ਖਰੀਦੀ ਜਾਂਦੀ ਆ ਇਸੇ ਤੋਂ ਜੀ ਇਹਨਾਂ ਨੇ ਲਾ ਰਹੇ ਨੇ 2000 ਰੁਪਇਆ ਮਰਲਾ ਲੈ ਕੇ ਇਹ ਹੁਣ ਮਹਿਕਮੇ ਵੱਲੋਂ ਕੀ ਕਰਵਾਈ ਹੈ ਮਹਿਕਮੇ ਵੱਲੋਂ ਤਾਂ ਸਾਨੂੰ ਜੀ ਜਦੋਂ ਬੰਨ ਖਿਲਾਵਾਂਗੇ ਅਸੀਂ ਬੰਨ ਖਿਲਾਉਣ ਦੇ ਸਾਡੇ ਗਲ ਪੈਂਦੇ ਨੇ ਅਸੀਂ ਕਹਿੰਦੇ ਵੀ ਹੱਥ ਬੰਨ ਕੇ ਬੇਨਤੀ ਆ ਭਾਈ ਅਸੀਂ ਬੰਨ ਖਿਲਾਵਾਂਗੇ ਸਾਨੂੰ ਉੱਤੋਂ ਹੁਕਮ ਆਇਆ ਜਦੋਂ ਸਾਡੇ ਜਈ ਸਾਹਿਬ ਨੇ ਆਈਡੀਓ ਸਾਹਿਬ ਨੇ ਭੇਜਤਾ ਫੋਨ ਸਾਨੂੰ ਬੰਨ ਦਾ ਖਿਲਾਉਣੀ ਪੈਣਾ ਸਰ ਜੀ ਨਹੀਂ ਡੇਢ ਪੁਲ ਕਿਉਂ ਨਹੀਂ ਬਣਾਇਆ ਯਾਰ ਪੁਲ ਬਣਦਾ ਦੀ ਜੀ ਕਰੋਨਾ ਪੈਗੀ ਜੀ ਇਹ ਸਾਲ ਹੋ ਗਿਆ ਪੁਲ ਹਾਂਜੀ ਹਾਂ ਕਰੋਨਾ ਬਣਦਾ ਦੀ ਸਰ ਜੀ ਕਰੋਨਾ ਦਾ ਪੈ ਗਿਆ ਦੁੱਖ ਲੇਬਰ ਕੋਈ ਕੰਮ ਨਹੀਂ ਕਰਿਆ ਬੰਦ ਕਰਤਾ ਮਹਿਕਮੇ ਨੇ ਕੰਮ ਤੁਹਾਡੇ ਤੇ ਦੋਸ਼ ਲਾ ਲੈਣੇ ਮਹਿਕਮਾ ਸੁੱਤਾ ਪਿਆ ਉੱਥੇ ਨਹੀਂ ਕੋਈ ਸੁੱਤਾ ਨਹੀਂ ਪਿਆ ਜੀ ਦੇਖੋ ਹੁਣ ਉਹ ਠੇਕੇਦਾਰ ਭੱਜ ਗਿਆ ਫਲੈਟ ਆ ਗਿਆ ਫਲੈਟ 'ਚ ਕਿਵੇਂ ਅੱਧਾ ਸਮਾਨ ਰੁਲ ਗਿਆ ਭੱਜ ਗਿਆ ਠੇਕੇਦਾਰ ਹਾਂ ਭੱਜ ਗਿਆ ਜੀ ਫਿਰ ਹੁਣ ਉਹ ਠੇਕੇਦਾਰ ਸਮਾਨ ਦੁਬਾਰੇ ਲੈ ਕੇ ਹੋਏ ਜੀ ਮਹੀਨੇ ਤੱਕ ਜੋ ਫਲੈਟ ਦੀ ਤਰੀਕ ਲੰਘੀ ਆਪਣੀ ਉਦੋਂ ਬਾਅਦ ਪੁਲ ਬਣਾ ਕੇ ਜਾਊਗਾ ਜੀ ਮੈਂ ਜੀ ਦਰਸ਼ਨ ਸਿੰਘ ਪਾਤੜਾਂ ਦਾ ਰਹਿਣ ਵਾਲਾ ਤੋਂ ਮੇਰਾ ਰਕਬਾ ਜ਼ਮੀਨ ਜਿਹੜੀ ਹੈਗੀ ਆ ਦਗਾਲ ਵਿੱਚ ਹੈ ਜੀ ਜ਼ਮੀਨ ਦਗਾਲ ਸੰਗਰੂ ਰੋਡ ਨੈਸ਼ਨਲ ਹਾਈਵੇ 71 ਰੋਡ ਦੇ ਨੇੜੇ ਪੈਂਦੀ ਹੈ ਜੀ ਚੋਏ ਦੀ ਮਾਰਚ ਅਤੇ ਮੇਰੀ ਅੱਜ ਤੋਂ ਮਤਲਬ ਕਿ 20 ਕੁ ਦਿਨ ਪਹਿਲਾਂ ਫਸਲ ਮਰ ਚੁੱਕੀ ਜੀ ਫਸਲ ਮਰਨ ਤੋਂ ਬਾਅਦ ਦੁਬਾਰੋਂ ਮੈਂ ਜੀਰੀ ਲਾਈ ਸੀ ਜੌਨਪੁਰੇ ਤੋਂ ਪੌਦ ਮੁੱਲ ਲੈ ਕੇ ਜੀ ਬਹੁਤ ਮਹਿੰਗੀ ਪੌਦ ਮਿਲੀ ਸੀ ਅਤੇ ਰਾਤ ਬਰਸਾਤ ਹੋਣ ਦੇ ਕਾਰਨ ਦੁਬਾਰੋਂ ਫਿਰ ਡੁੱਬ ਗਈ ਜੀ ਤੁਸੀਂ ਪਿੱਛੇ ਦੇਖ ਸਕਦੇ ਹੋ ਕੋਠੇ ਡੁੱਬੇ ਪਏ ਨੇ ਅਤੇ ਇੱਧਰ ਇਹ ਪੁਲ ਨਾ ਬਣਨ ਕਰਕੇ ਜੀ ਜੌਨਪੁਰਾ ਦਗਾਲ ਦਾ ਜਿਹੜਾ ਸੰਪਰਕ ਟੁੱਟਿਆ ਹੋਇਆ ਪੁਲ ਨਹੀਂ ਬਣਿਆ ਅਤੇ ਇੱਥੇ ਕੱਲ੍ਹ ਜੌਨਪੁਰੇ ਵਾਲਿਆਂ ਨੇ ਮਤਲਬ ਕਿ ਆਪਣਾ ਇੱਕ ਆਰਜੀ ਰਸਤਾ ਬਣਾ ਕੇ ਬੰਨ ਮਾਰ ਕੇ ਭੜੋਲੀਆਂ ਦਾ ਪੱਤੀਆਂ ਭੀੜੀਆਂ ਜਿਹੜੀਆਂ ਭੜੋਲੀਆਂ ਕਰਕੇ ਸਰਕਾਰ ਨੇ ਇੰਨੇ ਕਰੋੜਾਂ ਰੁਪਏ ਦਾ ਇਹ ਸਹੂਲਤ ਦੇਣ ਵਾਸਤੇ ਪਬਲਿਕ ਨੂੰ ਇੰਨਾ ਉੱਚਾ ਪੁਲ ਬਣਾਉਣ ਲੱਗ ਰਹੀ ਤੁਸੀਂ ਦੇਖ ਸਕਦੇ ਹੋ ਅਤੇ ਪਰ ਇਹਦੇ ਕਰਕੇ ਨਿਕਾਸੀ ਰੁਕ ਗਈ ਜੀ ਦੇਖੋ ਮਹਿਕਮੇ ਵਾਲਿਆਂ ਨੇ ਵਿਚਾਰਿਆਂ ਨੇ ਬਿਲਕੁਲ ਸਾਡੀ ਮਦਦ ਕੀਤੀ ਪੱਤਰਕਾਰਾਂ ਨੇ ਮਦਦ ਕੀਤੀ ਜੀ ਸਰਕਾਰ ਨੇ ਵੀ ਸਾਡੀ ਸੁਣੀ ਕਰੇਨਾ ਮੰਗਾ ਕੇ
ਬਹੁਤ ਜ਼ਿਆਦਾ ਖਰਚਾ ਕਰਕੇ ਸਰਕਾਰ ਨੇ ਬੁੱਟੀ ਇਹ ਦਗਾਲ ਤੋਂ ਲੈ ਕੇ ਖਾਨੇ ਵਾਲ ਤੱਕ ਬਿਲਕੁਲ ਕਢਾ ਤਾ ਜੀ, ਬਿਲਕੁਲ ਸਾਫ਼ ਕਰਤਾ ਚੂਹਾ ਜੀ। ਅਸੀਂ ਧੰਨਵਾਦ ਕਰਦੇ ਹਾਂ ਸਰਕਾਰ ਦਾ, ਅਤੇ ਸਰਕਾਰ ਸਾਨੂੰ ਅੱਗੇ ਮੁਆਵਜ਼ਾ ਦੇਣ ਦੀ ਵੀ ਸਾਨੂੰ ਕਹਿ ਰਹੀ ਹੈ, ਸਰਕਾਰ ਸਹਾਇਤਾ ਕਰਨ ਵਾਸਤੇ ਸਾਨੂੰ ਕਹਿ ਰਹੀ ਹੈ ਵੀ ਅਸੀਂ ਤੁਹਾਡੀਆਂ ਗਰਦੂਰੀਆਂ ਕਰਵਾਵਾਂਗੇ। ਹੁਣ ਫੈਸਲਾ ਇਹ ਹੋਇਆ ਜੀ, ਇਸਦੇ ਮਹਿਕਮੇ ਵਾਲੇ ਸਾਡੇ ਨਾਲ ਆ ਕੇ ਇਹ ਫੈਸਲਾ ਹੋਇਆ ਵੀ ਇਹ ਬਿਲਕੁਲ ਪੂਰੇ ਬੰਦ, ਮਤਲਬ ਕਿ ਪਾਣੀ ਦਾ ਨਿਕਾਸ ਬਿਲਕੁਲ ਜਿਹੜਾ ਖੋਲ੍ਹਿਆ ਜਾਵੇ ਜੀ, ਪਾਣੀ ਦਾ ਨਿਕਾਸ ਬੰਦ ਆ ਜੀ। ਹੁਣ ਇਹ ਸਾਰੇ ਅਸੀਂ ਪਾਣੀ ਇਹ ਖੋਲ੍ਹਣ ਲੱਗ ਰਹੇ ਜੀ, ਦੇਖੋ ਸਾਡੀਆਂ ਪਿੱਛੇ ਫਸਲਾਂ ਡੁੱਬੀਆਂ ਪਈਆਂ ਨੇ। ਜੇ ਨਾ ਖੋਲ੍ਹਣ ਦਿੱਤਾ ਫਿਰ ਨਾ, ਅਸੀਂ ਮਰਦੇ ਮਰੇ ਪਏ ਜੀ, ਅਸੀਂ ਉਰੇ ਆ ਕੇ ਮਰ ਜਾਂਗੇ ਜੀ, ਹੋਰ ਸਾਡੇ ਕੋਲ ਤਾਂ ਕੋਈ ਰਾਜ ਹੈ ਨਹੀਂ ਜੀ। ਪਾਣੀ ਜੀ ਸਮਾਣੇ ਪਟਿਆਲਾ ਨਾਭਾ ਬਹੁਤ ਦੂਰੋਂ ਆਉਂਦੀ ਹੈ ਜੀ ਇਹ ਡਰੇਨ, ਪਾਣੀ ਬਿਲਕੁਲ ਬਹੁਤ ਜ਼ਿਆਦਾ ਆ ਰਿਹਾ। ਦਗਾਲ ਪਿੰਡ 'ਚ ਪਾਣੀ ਵੜਨ ਨੂੰ ਤਿਆਰ ਹੋ ਰਿਹਾ ਜੀ, ਪਿਛਲੇ ਪਾਸੇ ਤੁਸੀਂ ਦੇਖ ਸਕਦੇ ਹੋ ਪਾਣੀ ਉਰੋਂ ਇਹ ਪਾਣੀ ਰੁਕਿਆ ਹੋਇਆ ਜੀ, ਤੁਸੀਂ ਦੇਖ ਲਓ ਪਿੱਛੋਂ ਪਾਣੀ ਚੜ੍ਹਨ ਲੱਗ ਰਿਹਾ, ਤਾਂ ਪਾਣੀ ਪਿੱਛੇ ਧੱਕ ਮਾਰ ਰਿਹਾ ਜੀ, ਬੰਨ ਟੁੱਟਣਗੇ, ਫਸਲਾਂ ਡੁੱਬਣਗੀਆਂ, ਪਿੱਛੇ ਬਹੁਤ ਜ਼ਿਆਦਾ ਨੁਕਸਾਨ ਹੋਊਗਾ। ਕੀ ਪ੍ਰਸ਼ਾਸਨ ਤੋਂ ਮੰਗ ਗਏ ਤੁਹਾਡੀ? ਅਸੀਂ ਤਾਂ ਪ੍ਰਸ਼ਾਸਨ ਅਤੇ ਸਰਕਾਰਾਂ ਤੋਂ ਇਹੀ ਮੰਗ ਕਰਦੇ ਹਾਂ ਵੀ ਇਹ ਬਿਲਕੁਲ ਕੰਮ ਜਿਹੜੇ ਕੀਤੇ ਨੇ ਗਲਤ ਕੀਤੇ ਨੇ, ਇਹ ਜਿਹੜੇ ਬੰਨ ਮਾਰੇ ਜਾਂਦੇ ਨੇ ਜਾਂ ਇਹ ਰਸਤਾ ਰੋਕਦੇ ਨੇ ਪਾਣੀ ਦਾ, ਜਿਹੜੇ ਇਹ ਪੁਲ ਨੇ ਇਹਨਾਂ ਦਾ ਛੇਤੀ ਤੋਂ ਛੇਤੀ ਕੰਮ ਕਰਵਾਇਆ ਜਾਵੇ ਤਾਂ ਕਿ ਉਰੇ ਲੜਾਈ ਦਾ ਜੋ ਚੱਕਰ ਨਾ ਬਣ। ਇਹ ਹੁਣ ਪਾਣੀ ਦਾ ਇਹਨਾਂ ਦਾ ਰੌਲਾ ਸੀ, ਪਾਣੀ ਉਹ ਕਢੋਲੀਆਂ ਜਾਂ ਪਟਾਤੀਆਂ ਉਹਦੇ 'ਚੋਂ ਪਾਣੀ ਲੰਘਣ ਲੱਗ ਗਿਆ, ਹੁਣ ਛਾਤ ਹੈ। ਲੋਕਾਂ ਨੂੰ ਅਸੀਂ ਕਹਿੰਦੇ ਆਪਸ 'ਚ ਲੜਨਾ ਨਹੀਂ ਹੈ, ਜੇ ਤੁਹਾਨੂੰ ਕੋਈ ਫਿਰ ਵੀ ਦਿੱਕਤ ਆਉਂਦੀ ਹੈ ਪ੍ਰਸ਼ਾਸਨ ਤੋਂ। ਇਹ ਪਾਣੀ ਮੀਂਹ ਦਾ ਸੀ, ਇਹ ਡਰੇਨ ਆਪਣੇ ਹੱਥ 'ਚ ਨਗਰਾ ਰੋਡ ਤੋਂ ਲੰਘ ਗਈ ਜੋਨ ਕੋਟ ਦੇ ਕੋਲ ਦੀ। ਇੱਕ ਪਾ ਉਹਦੇ 'ਚ ਕਢੋਲੀਆਂ ਦੱਬੀਆਂ ਸੀ, ਉਹਦੇ 'ਚ ਪਾਣੀ ਘੱਟ ਨਿਕਲ ਰਿਹਾ ਸੀ, ਇਸ ਕਰਕੇ ਉਹ ਪੱਟਣ ਦਾ ਰੌਲਾ ਸੀ ਵੀ ਪਾਣੀ ਆਰ ਜੀ ਮਤਲਬ ਪੁਲ ਬਣ ਰਿਹਾ, ਉਹ ਚਾਰ ਜੀ ਆਰ ਜੀ ਰੱਖਿਆ। ਅੱਛਾ, ਹੁਣ ਪਟਾਤਾ ਸਾਰਾ ਤੁਸੀਂ? ਹਾਂਜੀ ਹਾਂਜੀ, ਕੋਈ ਇਹਨਾਂ ਦਾ ਆਪਸੀ ਹੋਰ ਹੁਣ ਇਹਨਾਂ ਦਾ ਸੈਟਿਸਫਾਈ ਕਰਾਤੀ ਜੀ। ਸੱਚ ਤੇ ਪੈਰਾ ਟੀਵੀ ਲਈ ਸਤਪਾਲ ਗਰਗ ਦੀ ਰਿਪੋਰਟ।